ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਭ ਦਾ ਸਾਡੇ ਚੈਨਲ 'ਤੇ। ਅੱਜ ਦੀ ਵੀਡੀਓ ਜਿਹੜੀ ਬਹੁਤ ਹੀ ਖਾਸ ਰੂਪ 'ਤੇ ਹੈ, ਮੋਰਨੀ ਦਸਤਾਰ ਜਿਹੜੀ ਪੰਜ ਬੱਚਿਆਂ ਵਾਲੀ, ਬਹੁਤ ਵੀਰਾਂ ਦੀ ਡਿਮਾਂਡ ਆਈ ਸੀ, ਤਾਂ ਬਿਨਾਂ ਟਾਈਮ ਵੇਸਟ ਕੀਤੇ ਸਟਾਰਟ ਕਰਦੇ ਹਾਂ। ਤਾਂ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ? ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ। 30K ਸਬਸਕ੍ਰਾਈਬਰ ਜਿਹੜੇ ਆਪਣੀ ਫੈਮਿਲੀ ਵਿੱਚ ਜੁੜ ਚੁੱਕੇ ਨੇ, ਬਹੁਤ ਬਹੁਤ ਧੰਨਵਾਦ। ਪਲੀਜ਼ ਇੱਦਾਂ ਹੀ ਸਪੋਰਟ ਕਰਦੇ ਰਹੋ, ਅਸੀਂ ਤੁਹਾਡੀ ਡਿਮਾਂਡ 'ਤੇ ਵੀਡੀਓ ਲੈ ਕੇ ਆਉਂਦੇ ਰਹਾਂਗੇ। ਤਾਂ ਤੁਸੀਂ ਦੇਖ ਸਕਦੇ ਪਹਿਲਾ ਲੜ ਜਿਹੜਾ ਆਪਾਂ ਕਿੱਦਾਂ ਲਾਉਣਾ ਮੋਰਨੀ ਦਸਤਾਰ ਦਾ। ਮੋਰਨੀ ਦਸਤਾਰ ਦਾ ਪਹਿਲਾ ਲੜ ਹੁੰਦਾ ਜਿਹੜਾ ਕਿ ਤੁਸੀਂ ਦੇਖ ਸਕਦੇ ਕਿੱਦਾਂ ਲਗਾਇਆ ਆਪਾਂ ਨੇ, ਬਹੁਤ ਸੌਖੇ ਤਰੀਕੇ ਨਾਲ ਲਗਾ ਕੇ ਦੱਸਿਆ। ਹੁਣ ਇਸ ਤੋਂ ਬਾਅਦ ਹੀ ਜਿਹੜਾ ਉੱਪਰ ਦਾ ਲੜ ਹੁੰਦਾ ਆਪਾਂ ਨੇ, ਉਹ ਮੋਟਾ ਪਸਲਾ ਜਿਹੜਾ ਥੋੜ੍ਹਾ ਵਿੱਚ ਸੈਂਟਰ 'ਚ ਕਰ ਲੈਣਾ, ਅਤੇ ਜਿਹੜਾ ਪਤਲਾ ਪਾਸਾ ਉਹ ਥੱਲੇ ਵੱਲ ਨੂੰ ਕਰ ਲੈਣਾ। ਇਹ ਆਪਾਂ ਨੇ ਥੋੜ੍ਹਾ ਉਲਟ ਵੀ ਕਰਨਾ ਇਸ ਤੋਂ, ਕਿਉਂਕਿ ਆਪਾਂ ਹੋਰ ਪੱਗਾਂ ਵਿੱਚ ਜਿਹੜਾ ਮੋਟਾ ਪਾਸਾ ਹੁੰਦਾ ਉੱਪਰ ਵੱਲ ਨੂੰ ਕਰਦੇ ਹਾਂ ਅਤੇ ਪਤਲਾ ਥੱਲੇ ਵੱਲ ਨੂੰ ਕਰਦੇ ਹਾਂ। ਬਟ ਇਸ ਵਿੱਚ ਆਪਾਂ ਨੇ ਮੋਟਾ ਪਾਸਾ ਸੈਂਟਰ ਵਿੱਚ ਵੀ ਰੱਖਣਾ, ਕਿਉਂਕਿ ਮੋਰਨੀ ਦਸਤਾਰ ਹੈ ਇਹ ਬਿਲਕੁਲ ਪਲੇਨ ਹੁੰਦੀ ਹੈ, ਸੈਂਟਰ 'ਚ ਵੀ ਆਪਾਂ ਨੇ ਬਿਲਕੁਲ ਪਲੇਨ ਰੱਖਣੀ ਹੈ, ਅਤੇ ਜਮਾਂ ਵੀ ਆਪਣਾ ਜਿਹੜਾ ਮਤਲਬ ਖੱਡਾ ਟਾਈਪ ਜਿਹੜਾ ਮਤਲਬ ਕੰਨ ਬਾਹਰ ਆ ਜਾਂਦਾ ਆਪਾਂ ਨੇ ਉਹ ਨਹੀਂ ਰਹਿਣ ਦੇਣਾ। ਤਾਂ ਇਹ ਗੱਲ ਤੁਸੀਂ ਖਾਸ ਧਿਆਨ ਰੱਖਣਾ, ਹੱਥਾਂ ਦੀ ਪੋਜੀਸ਼ਨ ਧਿਆਨ ਵਿੱਚ ਰੱਖੋ। ਤਾਂ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਤਾਂ ਪਲੀਜ਼ ਯਾਰ ਵੀਡੀਓ ਨੂੰ ਜਲਦੀ ਜਲਦੀ ਲਾਈਕ ਕਰੋ, ਅਤੇ ਹਾਂ ਹੋ ਸਕੇ ਤਾਂ ਯਾਰ ਵੀਡੀਓ ਜੇ ਵਧੀਆ ਲੱਗੇ ਤਾਂ ਸ਼ੇਅਰ ਵੀ ਕਰ ਦਿਓ, ਤਾਂ ਜੋ ਹੋਰ ਵੀਰ ਜਿਹੜੇ ਪੱਗ ਬੰਨੀ ਸਿੱਖ ਸਕਣ। ਇਹ ਗੱਲ ਤੁਸੀਂ ਖਾਸ ਧਿਆਨ ਰੱਖੋ, ਜਿਹੜਾ ਆਪਾਂ ਪਿੰਚ ਕਰਨਾ ਬਹੁਤ ਹੀ ਜਿਹੜਾ ਮਤਲਬ ਅੰਗੂਠਾ ਢਿੱਲਾ ਹੋਣਾ ਚਾਹੀਦਾ। ਹੁਣ ਤੁਸੀਂ ਦੇਖ ਸਕਦੇ ਜਮੀ ਨਾਲ ਕਰਕੇ ਲੜ ਰੱਖਾਂਗੇ, ਅਤੇ ਬੈਕ ਸਾਈਡ ਤੋਂ ਥੋੜ੍ਹਾ ਥੋੜ੍ਹਾ ਲੜ ਫੋਲਡ ਕਰ ਦਿਓ, ਜ਼ਿਆਦਾ ਫੋਲਡ ਨਹੀਂ ਕਰਨਾ ਕਿਉਂਕਿ ਮੋਰਨੀ ਦਸਤਾਰ ਹੈ ਇਹ। ਜਮੀ ਨਾਲ ਕਰਕੇ ਲੜ ਲਗਾਓ, ਕਿਉਂਕਿ ਇਸ ਵਿੱਚ ਜਮਾਂ ਨਾਲ ਕਰਕੇ ਲਗਾਵਾਂਗੇ ਤਾਂ ਬਾਅਦ ਵਿੱਚ ਆਪਾਂ ਨੇ ਬਾਜ ਨਾਲ ਥੋੜ੍ਹਾ ਹਾਲੇ ਚੱਕਣਾ ਵੀ ਹੋਊਗਾ, ਅਤੇ ਸ਼ੇਪ ਵੀ ਬਿਲਕੁਲ ਵਧੀਆ ਬਣਾਉਣੀ ਹੈ। ਥੋੜ੍ਹਾ ਥੋੜ੍ਹਾ ਫੋਲਡ ਕਰਨਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਿੱਛੋਂ ਦੀ, ਹੱਥਾਂ ਦੀ ਪੋਜੀਸ਼ਨ ਧਿਆਨ ਵਿੱਚ ਰੱਖੋ। ਤਾਂ ਪਲੀਜ਼ ਯਾਰ ਵੀਰੇ ਯਾਰ ਇੱਦਾਂ ਹੀ ਸਪੋਰਟ ਕਰਦੇ ਰਹੋ, ਅਸੀਂ ਤੁਹਾਡੀ ਡਿਮਾਂਡ 'ਤੇ ਜਿਹੜੀ ਵੀਡੀਓ ਲੈ ਕੇ ਆਉਂਦੇ ਰਹਾਂਗੇ। ਇਹ ਵੀਡੀਓ ਜਿਹੜੀ ਬਹੁਤ ਵੀਰਾਂ ਨੇ ਡਿਮਾਂਡ ਕੀਤੀ ਸੀ ਸਾਨੂੰ ਵਟਸਐਪ ਗਰੁੱਪਸ ਵਿੱਚ, ਜਿਹੜੇ ਮਤਲਬ ਸਾਡਾ ਵਟਸਐਪ ਗਰੁੱਪ ਹੈ ਉਸ 'ਤੇ ਵੀ ਬਹੁਤ ਡਿਮਾਂਡ ਆਈ ਸੀ, ਅਤੇ ਜਿਹੜਾ ਉੱਦਾਂ ਵੀ ਮੈਨੂੰ ਪਰਸਨਲ ਮੈਸੇਜ ਬਥੇਰੇ ਵੀਰਾਂ ਦੇ ਆਏ ਸੀ। ਤਾਂ ਅਸੀਂ ਆਹ ਟੋਪਿਕ 'ਤੇ ਪਾਉਣ ਦੀ ਜਿਹੜੀ ਵੀਡੀਓ ਤਾਂ ਅਪਲੋਡ ਕੀਤੀ ਹੈ, ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਵੀਡੀਓ ਅੱਜ ਦੀ। ਤੁਸੀਂ ਦੇਖ ਸਕਦੇ ਦੋ ਲੜ ਆਪਣੇ ਬਿਲਕੁਲ ਸਫਾਈ ਵਿੱਚ ਲੱਗ ਚੁੱਕੇ ਨੇ ਸ਼ੇਪ ਦੀ ਅਕੋਰਡਿੰਗ। ਹੁਣ ਆਪਾਂ ਲਗਾਵਾਂਗੇ ਤੀਜਾ ਲੜ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀਰੇ, ਤੁਸੀਂ ਮੈਨੂੰ ਇੰਨੀ ਸਪੋਰਟ ਕੀਤੀ ਜਿਹੜੇ ਕਿ ਸਾਡੇ 30K ਸਬਸਕ੍ਰਾਈਬਰਸ ਕੰਪਲੀਟ ਹੋ ਚੁੱਕੇ ਨੇ। ਮੈਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਉਰੇ ਤੱਕ ਪਹੁੰਚ ਸਕੂੰਗਾ, ਬਟ ਤੁਹਾਡੀ ਸਪੋਰਟ ਦੇ ਨਾਲ ਮੈਂ ਉਰੇ ਤੱਕ ਪਹੁੰਚ ਗਿਆ। ਹਾਂ ਇਹ ਵੀ ਹੈ ਕਿ ਤੁਸੀਂ ਮੈਨੂੰ ਇਹ ਜਿੱਦਾਂ ਹੀ ਸਪੋਰਟ ਕਰਦੇ ਰਹੋਗੇ, ਮੈਂ ਇੱਦਾਂ ਹੀ ਤੁਹਾਡੀ ਡਿਮਾਂਡ 'ਤੇ ਵੀਡੀਓ ਲੈ ਕੇ ਆਉਂਦਾ ਰਹਾਂਗਾ, ਤੁਸੀਂ ਮੈਨੂੰ ਹੋਰ ਵੀ ਅੱਗੇ ਪਹੁੰਚਾਓਗੇ। ਹੁਣ ਆਪਾਂ ਤੀਜਾ ਲੜ ਲਗਾਉਣਾ, ਅਤੇ ਜਿਨ੍ਹਾਂ ਵੀਰਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਦਸਤਾਰ ਸਜਾਰ ਵਿੱਚ, ਉਹ ਸਿੰਪਲ ਕਮੈਂਟ ਨਾ ਕਰਨ, ਮੈਂ ਆਪਣਾ ਡਿਸਕ੍ਰਿਪਸ਼ਨ ਵਿੱਚ ਜਿਹੜਾ ਨੰਬਰ ਦੇ ਦੂੰਗਾ ਕੰਟੈਕਟ ਨੰਬਰ, ਉਸ 'ਤੇ ਮੈਨੂੰ ਵਟਸਐਪ ਕਰ ਸਕਦੇ ਹੋ ਤੁਸੀਂ। ਵਟਸਐਪ 'ਤੇ ਮੈਨੂੰ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੋਵੇ ਦਸਤਾਰ ਸਜਾਉਣ ਵਿੱਚ, ਕੋਈ ਵੀ ਪ੍ਰੋਬਲਮ ਜਾਂ ਕੋਈ ਵੀ ਦਸਤਾਰ ਦੇ ਰਿਲੇਟਡ ਕੱਪੜੇ ਕਲੋਥ ਬਾਰੇ, ਕੋਈ ਵੀ ਮਤਲਬ ਤੁਸੀਂ ਕਿੰਨੀ ਪੱਗ ਲੈਣੀ ਹੈ, ਤੁਸੀਂ ਮੈਨੂੰ ਜ਼ਰੂਰ ਮੈਸੇਜ ਕਰਿਆ ਕਰੋ, ਮੈਂ ਤੁਹਾਡਾ ਰਿਪਲਾਈ ਜ਼ਰੂਰ ਕਰੂੰਗਾ। ਹੁਣ ਆਪਾਂ ਤੀਜਾ ਲੜ ਲਗਾਉਣਾ, ਪਹਿਲਾਂ ਜਮਾਂ ਹੀ ਹਲਕਾ ਜਿਹਾ ਲੜ ਰੱਖ ਕੇ ਜਮਾਂ ਹੀ ਥੱਲੇ ਵੱਲ ਖੋਲ ਲੈਣਾ। ਇਹ ਗੱਲ ਦਾ ਤੁਸੀਂ ਖਾਸ ਧਿਆਨ ਰੱਖਿਓ, ਲੜ ਜਿਹੜਾ ਬਿਲਕੁਲ ਥੱਲੇ ਵੱਲ ਨੂੰ ਪਹਿਲਾਂ ਖਿੱਚ ਲੈਣਾ, ਉਸ ਤੋਂ ਬਾਅਦ ਜਿਹੜਾ ਸੈਂਟਰ 'ਚੋਂ ਪਿੰਚ ਕਰਨਾ, ਅਤੇ ਜਿੱਥੇ ਆਪਾਂ ਨੇ ਦੂਜਾ ਲੜ ਪਿੰਚ ਕੀਤਾ ਸੀ ਉਹਦੇ ਨਾਲ ਹੀ ਇਹ ਲੜ ਵੀ ਪਿੰਚ ਕਰ ਲੈਣਾ, ਕਿਉਂਕਿ ਮੋਰਨੀ ਦਸਤਾਰ ਹੈ ਇਹ ਪੰਜ ਵਿੱਚਾਂ ਵਾਲੀ। ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਲੜ ਲਾ ਕੇ ਦਿਖਾ ਰਿਹਾ ਪੰਜ ਲੜ। ਵੀਡੀਓ ਜ਼ਿਆਦਾ ਲੈਂਥੀ ਨਹੀਂ ਕੀਤੀ ਐਤਕੀ, ਅਸੀਂ ਥੋੜ੍ਹੀ ਫਾਸਟ ਮਤਾਬ ਮੰਨ ਕੇ ਦਿਖਾਈਏ ਕਿ ਤੁਸੀਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਸਕੋ। ਜਮਾਂ ਨਾਲ ਕਰਕੇ ਲੜ ਲਗਾਉਣਾ, ਇਹਦਾ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ, ਜਿਵੇਂ ਕਿ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਦਾ ਹੁੰਦਾ, ਇਹ ਲੜ ਇੱਦਾਂ ਲੜ ਪਾਉਣ ਦਾ ਬਹੁਤ ਫਾਇਦਾ ਹੁੰਦਾ, ਜਦੋਂ ਆਪਾਂ ਬਾਜ ਫੇਰਦੇ ਹਾਂ ਉਦਾਂ ਸ਼ੇਪ ਵੀ ਬਣ ਜਾਂਦੀ ਲੜਾਂ ਦੀ, ਅਤੇ ਪਿੱਛੋਂ ਦੀ ਥੋੜ੍ਹਾ ਘੱਟ ਫੋਲਡ ਕਰਨਾ ਲੜਾਂ ਨੂੰ। ਹੁਣ ਬਾਜ ਦੀ ਉਮਰ ਨਾਲ ਤੁਸੀਂ ਲੜ ਨੂੰ ਥੋੜ੍ਹਾ ਸੈੱਟ ਕਰ ਲਓ। ਸ਼ੇਪ ਤੁਸੀਂ ਦੇਖ ਸਕਦੇ ਹੋ ਪੱਗ ਦੀ, ਜਿਹੜੀ ਕਿ ਤੀਜੇ ਲੜ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਬਣ ਰਹੀ ਹੈ। ਜਿਹੜੀ ਮੈਂ ਤੁਹਾਨੂੰ ਟਿਪਸ ਦਿੰਦਾ ਉਹਨੂੰ ਜ਼ਰੂਰ ਫੋਲੋ ਕਰਿਆ ਕਰੋ, ਕਿਉਂਕਿ ਬਹੁਤ ਫਾਇਦੇਮੰਦ ਹੋ ਸਕਦੀਆਂ ਨੇ ਟਿਪਸ ਤੁਹਾਡੇ ਲਈ। ਇੱਕ ਵਾਰ ਫਿਰ ਕਹਿ ਦੇਣਾ ਚਾਹੁੰਦਾ ਵੀਰੇ, ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ, ਹਾਂ ਪਲੀਜ਼ ਯਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ। ਐਵੇਂ ਨਹੀਂ ਕਿ ਮਤਲਬ ਤੁਸੀਂ ਚੱਕ ਕੇ ਜਿਵੇਂ ਹਰੇਕ ਨੂੰ ਸ਼ੇਅਰ ਕਰਤੀ, ਬਟ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਜਿਨ੍ਹਾਂ ਨੇ ਦਸਤਾਰ ਸਿੱਖਣੀ ਹੈ, ਕਿਉਂਕਿ ਇਹ ਜਿਹੜੀ ਵੀਡੀਓ ਹੈ ਉਹਨਾਂ ਲਈ ਸਪੈਸ਼ਲ ਹੁੰਦੀ ਹੈ ਕਿ ਜਿਹੜਾ ਸਿੱਖ ਸਕਣ, ਕਿਉਂਕਿ ਮੈਂ ਇਹ ਚਾਹੁੰਦਾ ਕਿ ਹਾਂ ਕੋਈ ਨਾ ਕੋਈ ਯਾਰ ਵੀਰ ਜ਼ਰੂਰ ਮੇਰੀ ਦਸਤਾਰ ਤੋਂ ਜਦੋਂ ਮੇਰੀ ਪੱਗ ਵੀਡੀਓ ਦੇਖ ਕੇ ਜ਼ਰੂਰ ਪੱਗ ਬੰਨੀ ਸਿੱਖੇ, ਕਿਉਂਕਿ ਇੱਕ ਤਾਂ ਇਹਦੇ ਨਾਲ ਜਿਹੜਾ ਮਤਲਬ ਹਰ ਇੱਕ ਵੀਰ ਦੀ ਮਤਲਬ ਮਨ 'ਚ ਭਾਵਨਾ ਆਉਂਦੀ ਹੈ ਪੱਗ ਬੰਨਣ ਦੀ ਕਿ ਹਾਂ ਬਾਈ ਅਸੀਂ ਵੀ ਪੱਗ ਬੰਨ ਕੇ ਦੇਖੀਏ। ਜੇ ਤੁਹਾਨੂੰ ਨਹੀਂ ਬੰਨੀ ਆਉਂਦੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੈਂ ਤੁਹਾਨੂੰ ਈਜ਼ੀਲੀ ਸਟੈਪਸ ਵਿੱਚ ਦੱਸ ਦਾਂਗਾ। ਯੂਟਿਊਬ 'ਤੇ ਲਾਈਵ ਹੋਵਾਂਗੇ ਅਸੀਂ। ਹੁਣ ਆਪਾਂ ਨੇ ਜਿਹੜਾ ਚੌਥਾ ਲੜ ਲਗਾਉਣਾ, ਪਹਿਲਾਂ ਆਪਾਂ ਜਿਹੜੇ ਸਾਰੇ ਲੜ ਜਿਹੜੇ ਇਕੱਠੇ ਕਰ ਲੈਣੇ ਆ, ਸੈਂਟਰ ਵਿੱਚ ਪਿੰਚ ਕਰੋ ਅਤੇ ਉਸ ਤੋਂ ਬਾਅਦ ਥੱਲੇ ਵੱਲ ਨੂੰ ਖਿੱਚ ਲਓ। ਇਹ ਮੈਥਡ ਹੁੰਦਾ ਆਪਣੀ ਜਿਹੜੀ ਮੋਰਨਿੰਗ ਦਸਤਾਰ ਸਜਾਉਣ ਦਾ।
ਵੀਰੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਯਾਰ ਕਿ ਯਾਰ ਮੈਂ ਇੰਗਲਿਸ਼ ਨਹੀਂ ਬੋਲਦਾ, ਕੋਈ ਕੋਈ ਵਰਡ ਹੁੰਦਾ ਜਿਹੜਾ ਇੰਗਲਿਸ਼ ਵਿੱਚ ਦੱਸਣਾ ਪੈਂਦਾ, ਕਿਉਂਕਿ ਹੁਣ ਕੋਈ ਇਹੋ ਜਿਹੇ ਵਰਡ ਵੀ ਹੁੰਦੇ ਨੇ ਜਿਵੇਂ ਹੁਣ ਮੈਂ ਬੱਟ ਕਹਿਤਾ ਯਾਰ, ਇੱਦਾਂ ਨਹੀਂ ਹੁੰਦਾ ਕਿ ਯਾਰ ਤੁਸੀਂ ਇੰਗਲਿਸ਼ ਦਾ, ਐਵੇਂ ਕਈ ਮੈਨੂੰ ਕਹਿੰਦੇ ਨੇ ਕਿ ਤੂੰ ਪੰਜਾਬੀ ਨਹੀਂ ਬੋਲਦਾ, ਕਿ ਤੂੰ ਇੰਗਲਿਸ਼ ਵੱਲ ਜੋੜਦਾ ਸਾਰਿਆਂ ਨੂੰ। ਵੀਰੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਦਿਲ 'ਤੇ ਨਾ ਲਾਇਆ ਕਰੋ ਗੱਲ। ਹੁਣ ਆਪਾਂ ਨੇ ਪੱਗ ਦੀ ਸ਼ੇਪ ਬਣਾ ਲੈਣੀ ਲੜਾਂ ਵਾਲੇ ਪਾਸਿਓਂ, ਕਿਉਂਕਿ ਆਪਾਂ ਨੇ ਉੱਪਰੋਂ ਟਰਨਾਂ ਵੀ ਦਿਖਾਉਣੀਆਂ ਨੇ ਪੱਗ ਦੀਆਂ, ਬਾਅਦ ਛੇੜ ਸਕਦੇ ਹੁਣ ਪੱਗ ਵਿੱਚ, ਬਾਅਦ ਨਾਲ ਸਾਰੇ ਲੜ ਸੈੱਟ ਕਰ ਲੈਣੇ। ਤਾਂ ਯਾਰ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਤੁਹਾਨੂੰ ਪਤਾ ਹੀ ਹੈ ਤੁਹਾਡੀ ਡਿਮਾਂਡ 'ਤੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਅਤੇ ਜ਼ਰੂਰ ਦੱਸਿਓ ਕਮੈਂਟ ਕਰਕੇ ਕਿ ਨੈਕਸਟ ਵੀਡੀਓ ਜਿਹੜੀ ਕਿਸ ਟੋਪਿਕ 'ਤੇ ਲੈ ਕੇ ਆਈਏ। ਜਲਦੀ ਹੀ ਤੁਹਾਡੇ ਅੱਗੇ ਨੈਕਸਟ ਵੀਡੀਓ ਵੀ ਲੈ ਕੇ ਆਵਾਂਗੇ। ਇਹ ਵੀਡੀਓ ਥੋੜ੍ਹੀ ਲੇਟ ਅਪਲੋਡ ਕੀਤੀ ਆ, ਕਿਉਂਕਿ ਵੀਰੇ ਥੋੜ੍ਹੀ ਪ੍ਰੋਬਲਮ ਸੀਗੀ ਘਰ ਵਿੱਚ ਕਿਸੇ ਗੱਲ ਵਿੱਚ, ਤਾਂ ਵੀਡੀਓ ਸ਼ੂਟ ਕਰਨ ਦਾ ਟਾਈਮ ਨਹੀਂ ਸੀ ਲੱਗ ਰਿਹਾ, ਬਹੁਤ ਔਖੀ ਵੀਡੀਓ ਸ਼ੂਟ ਕੀਤੀ ਆ। ਤਾਂ ਹੀ ਕਹਿੰਦਾ ਤੁਹਾਨੂੰ ਪਲੀਜ਼ ਯਾਰ ਸ਼ੇਅਰ ਕਰ ਦਿਆ ਕਰੋ, ਸਾਡੀ ਮਿਹਨਤ ਦਾ ਮੁੱਲ ਜ਼ਰੂਰ ਪਾ ਦਿਆ ਕਰੋ ਪਲੀਜ਼ ਵੀਰੇ। ਅਸੀਂ ਹਰ ਇੱਕ ਵੀਡੀਓ ਤੁਹਾਡੀ ਡਿਮਾਂਡ 'ਤੇ ਲੈ ਕੇ ਆਉਂਦੇ ਹਾਂ, ਅਤੇ ਅੱਗੇ ਵੀ ਤੁਹਾਡੀ ਡਿਮਾਂਡ 'ਤੇ ਹੀ ਲੈ ਕੇ ਆਉਂਦੇ ਰਹਾਂਗੇ। ਤਾਂ ਸੇਮ ਸਰ ਸਟਾਈਲ ਦੀ ਵੀਡੀਓ ਜਿਹੜੀ ਅਸੀਂ ਪਹਿਲਾਂ ਅਪਲੋਡ ਕੀਤੀ ਹੋਈ ਹੈ, ਬਹੁਤ ਵੀਰਾਂ ਦੀ ਡਿਮਾਂਡ ਆ ਰਹੀ ਹੈ ਉਸ ਟੋਪਿਕ 'ਤੇ, ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਵੀਰੇ ਉਸ ਟੋਪਿਕ 'ਤੇ ਅਸੀਂ ਪਹਿਲਾਂ ਹੀ ਅਪਲੋਡ ਕੀਤੀ ਹੋਈ ਵੀਡੀਓ, ਤੁਸੀਂ ਚੈੱਕ ਕਰੋ ਸਵਿਫਟਲੀ ਸਾਡੇ ਚੈਨਲ 'ਤੇ ਵਿਜ਼ਿਟ ਕਰਕੇ। ਹੁਣ ਆਪਾਂ ਪੰਜਵਾਂ ਲੜ ਲਗਾਵਾਂਗੇ, ਜੋ ਕਿ ਆਪਣੀ ਪੱਗ ਦਾ ਆਖਰੀ ਲੜ ਹੈ। ਇਹ ਲੜ ਲਾਉਣ ਲਈ ਪਹਿਲਾਂ ਆਪਾਂ ਨੇ ਇੱਥੋਂ ਹਲਕਾ ਲੜ ਉੱਪਰ ਰੱਖ ਲੈਣਾ, ਸੈਂਟਰ ਵਿੱਚ ਵੀ ਮੋਟਾ ਰੱਖਣਾ ਲੜ, ਅਤੇ ਥੱਲੋਂ ਦੀ ਹਲਕਾ ਪਤਲਾ ਰੱਖਣਾ, ਬਿਲਕੁਲ ਸ਼ੇਪ ਬਣਾ ਲੈਣੀ ਪੱਗ ਦੀ। ਪਹਿਲਾਂ ਲੜ ਨੂੰ ਆਪਾਂ ਬਿਲਕੁਲ ਖੋਲਾਂਗੇ। ਇਹ ਲੜ ਵਿੱਚ ਪਿੰਚ ਪ੍ਰੋਬਲਮ ਆਪਾਂ ਨੂੰ ਜਿਹੜੀ ਬਹੁਤ ਆਉਂਦੀ ਹੈ, ਕਿਉਂਕਿ ਥੱਲੇ ਵਾਲੇ ਲੜ ਜਿਹੜੇ ਹਿੱਲ ਜਾਂਦੇ ਨੇ, ਤਾਂ ਇਹ ਗੱਲ 'ਤੇ ਤੁਸੀਂ ਖਾਸ ਧਿਆਨ ਰੱਖਣਾ ਇਹ ਲੜ ਪਾਉਣ ਸਮੇਂ। ਹੁਣ ਪਹਿਲਾਂ ਜਿਹੜਾ ਆਪਣਾ ਸੈਂਟਰ 'ਚ ਲੜ ਵਿੱਚ ਦੇਖ ਸਕਦੇ ਮੈਂ ਕਿੱਦਾਂ ਤੁਹਾਨੂੰ ਖੋਲ ਕੇ ਥੱਲੇ ਕੀਤਾ ਸੀ, ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ। ਬੇਸ ਇਸ ਪੱਗ ਦੇ ਜਿਹੜਾ ਉਹ ਪਹਿਲਾਂ ਅਪਲੋਡ ਜਿਹੜੀ ਵੀਡੀਓ ਕੀਤੀ ਹੋਈ ਆ, ਹਾਂ ਤੁਸੀਂ ਦੇਖ ਸਕਦੇ ਹੋ ਕਿੱਦਾਂ ਆਪਾਂ ਜਿਹੜਾ ਪਹਿਲਾਂ ਉੱਪਰ ਲੜ ਰੱਖਿਆ, ਸੈਂਟਰ ਵਿੱਚੋਂ ਵੀ ਮੋਟਾ ਤੁਸੀਂ ਦੇਖ ਸਕਦੇ ਹੋ, ਆ ਜਗ੍ਹਾ 'ਤੇ ਦਿਖ ਰਿਹਾ ਥੋੜ੍ਹਾ ਥੋੜ੍ਹਾ ਤੁਹਾਨੂੰ। ਹੁਣ ਅਸੀਂ ਇਸ 'ਤੇ ਹੱਥ ਫੇਰ ਲਾਂਗੇ, ਪਹਿਲਾਂ ਥੱਲੇ ਵੱਲ ਫੋਲਡ ਕਰੋ ਲੜ ਨੂੰ, ਹੁਣ ਆਪਾਂ ਇਸ 'ਤੇ ਹੱਥ ਫੇਰਾਂਗੇ ਤਾਂ ਜੋ ਬਿਲਕੁਲ ਜਿਹੜਾ ਮਤਲਬ ਪਲੇਨ ਹੋ ਜਾਏ ਲੜ। ਤੁਸੀਂ ਦੇਖ ਸਕਦੇ ਹੋ ਲੜ ਜਿਹੜਾ ਬਿਲਕੁਲ ਪਲੇਨ ਹੋ ਚੁੱਕਿਆ। ਹੁਣ ਆਪਾਂ ਨੇ ਇਸ ਨੂੰ ਸੈਂਟਰ ਵਿੱਚੋਂ ਲੜ ਨੂੰ ਚੱਕਣਾ, ਪਿੰਚ ਪ੍ਰੋਬਲਮ ਜਿਹੜੀ ਕਿ ਤੁਹਾਨੂੰ ਦੱਸੀ ਸੀ ਬਹੁਤ ਜਣਾ ਆਉਂਦੀ ਆ ਜਗ੍ਹਾ 'ਤੇ ਆ ਕੇ। ਹੁਣ ਜਮਾਂ ਹੀ ਲੜ ਨੂੰ ਥੱਲੇ ਵੱਲ ਖਿੱਚ ਦਿਓ, ਇਹ ਜਗ੍ਹਾ 'ਤੇ ਆ ਕੇ ਤੁਸੀਂ ਬਹੁਤ ਜਣੇ ਗਲਤੀ ਕਰਦੇ ਹੋ, ਕਿਉਂਕਿ ਆਪਾਂ ਲੜ ਨੂੰ ਬਿਲਕੁਲ ਪੂਰਾ ਨਹੀਂ ਖਿੱਚਦੇ ਥੱਲੇ ਤੱਕ, ਤਾਂ ਉਹ ਲੜ ਜਿੱਦਾਂ ਦਾ ਹੁੰਦਾ ਆਪਾਂ ਉਸੇ ਤਰੀਕੇ ਨਾਲ ਲਗਾ ਦਿੰਦੇ ਹਾਂ, ਤਾਂ ਆਪਣੀ ਪੱਗ ਦੀ ਸ਼ੇਪ ਨਹੀਂ ਬਣਦੀ। ਤਾਂ ਪਲੀਜ਼ ਇਹ ਗੱਲ ਜ਼ਰੂਰ ਨੋਟ ਕਰ ਲਿਓ ਵੀਰੇ। ਹੁਣ ਆਪਾਂ ਦੇਖ ਸਕਦੇ ਸਾਰੇ ਲੜ ਜਿਹੜੇ ਇਕੱਠੇ ਕਰ ਦੇਣੇ ਉੱਪਰੋਂ ਦੀ। ਹੁਣ ਆਪਾਂ ਜਿਹੜਾ ਥੱਲੇ ਵਾਲ ਨੂੰ ਲੜ ਖਿੱਚਿਆ ਸੀਗਾ, ਉਸ ਨੂੰ ਅੰਗੂਠੇ ਦੀ ਮਦਦ ਨਾਲ ਥੱਲੇ ਨੂੰ ਖਿੱਚ ਕੇ ਪਿੰਚ ਕਰ ਲਾਂਗੇ, ਬੈਕ ਸਾਈਡ ਤੋਂ ਨਾਲ ਦੇ ਨਾਲ ਫੋਲਡ ਕਰ ਲਾਂਗੇ। ਇੱਕ ਵਾਰ ਫਿਰ ਧੰਨਵਾਦ ਕਰ ਦੇਣਾ ਚਾਹੁੰਦੇ ਸਾਰੇ ਵੀਰਾਂ ਦਾ ਜਿਹਨੇ ਸਾਨੂੰ ਸਪੋਰਟ ਕਰ ਰਹੇ ਨੇ, 30K ਸਬਸਕ੍ਰਾਈਬਰ ਜਿਵੇਂ ਕਿ ਤੁਹਾਨੂੰ ਪਤਾ ਹੀ ਕੰਪਲੀਟ ਹੋ ਚੁੱਕੇ ਨੇ। ਅਤੇ ਹਾਂ ਯਾਰ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੇ ਵਧੀਆ ਲੱਗਦੀ ਵੀਡੀਓ, ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਯਾਰ ਦੋਸਤ ਨਾਲ ਜਿਹੜੇ ਵੀ ਦਸਤਾਰ ਸਜਾਉਣਾ ਚਾਹੁੰਦੇ ਨੇ, ਉਹਨਾਂ ਵੀਰਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆਉਂਦੀ ਪੱਗ ਬੰਨਣ ਵਿੱਚ। ਉਹਨਾਂ ਤੱਕ ਇਹ ਵੀਡੀਓ ਪਹੁੰਚਾਓਗੇ ਤਾਂ ਉਹ ਵੀ ਇਹ ਵੀਡੀਓ ਦੇਖਣਗੇ, ਤਾਂ ਉਹਨਾਂ ਨੂੰ ਵੀ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲੇਗਾ। ਹਾਂ ਇਹ ਵੀ ਹੋ ਸਕਦਾ ਕਿ ਉਹਨਾਂ ਦੀ ਪ੍ਰੋਬਲਮ ਵੀ ਦੂਰ ਹੋ ਸਕਦੀਆਂ ਨੇ। ਹੁਣ ਆਪਾਂ ਪਹਿਲਾਂ ਲੜ ਨੂੰ ਫੜ ਲਾਂਗੇ, ਹੁਣ ਇਸ ਤੋਂ ਬਾਅਦ ਆਪਾਂ ਬਾਜ ਦੀ ਮਦਦ ਨਾਲ ਜਿਹੜਾ ਛੇਵਾਂ ਲੜ ਆਪਾਂ ਸੈੱਟ ਕਰਨਾ, ਸੋਰੀ ਪੰਜਵਾਂ ਲੜ। ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਕਿ ਵੀਡੀਓ ਅਸੀਂ ਲੇਟ ਕਿਉਂ ਬਣਾਈ ਸੀ, ਘਰ ਵਿੱਚ ਐਕਚੁਅਲੀ ਇਹ ਪ੍ਰੋਬਲਮ ਸੀ ਕਿ ਮੈਨੂੰ ਥੋੜ੍ਹਾ ਫੀਵਰ ਹੋਇਆ ਪਿਆ ਸੀ, ਬਾਕੀ ਘਰਦੇ ਮੇਰੇ ਥੋੜ੍ਹੇ ਮਨਾ ਕਰ ਰਹੇ ਸੀ ਵੀਡੀਓ ਬਣਾਉਣ ਨੂੰ, ਕਿਉਂਕਿ ਮੈਨੂੰ ਫੀਵਰ ਸੀ, ਇਸ ਲਈ ਮੈਂ ਵੀਡੀਓ ਜਿਹੜੀ ਨਹੀਂ ਬਣਾ ਸਕਿਆ, ਤਾਂ ਮਾਫ਼ੀ ਮੰਗਦਾ ਤੁਹਾਡੇ ਤੋਂ। ਹੁਣ ਆਪਾਂ ਸਾਰੇ ਲੜ ਜਿਹੜੇ ਅੰਗੂਠੇ ਦੀ ਮਦਦ ਨਾਲ ਸੈਂਟਰ ਵਿੱਚ ਕਰ ਲੈਣੇ ਆ। ਹੁਣ ਬਾਜ ਦੀ ਮਦਦ ਨਾਲ ਆਪਾਂ ਲੜ ਇਹ ਵੀ ਜਿਹੜਾ ਪਿੱਛੇ ਤੱਕ ਲੈ ਜਾਣਾ, ਤੁਸੀਂ ਦੇਖ ਸਕਦੇ ਬਿਲਕੁਲ ਸਾਫ਼ ਹੋ ਚੁੱਕਿਆ ਲੜ ਆਪਣਾ। ਬਾਜ ਤੁਸੀਂ ਦੇਖ ਸਕਦੇ ਕਿਸ ਤਰੀਕੇ ਨਾਲ ਫੇਰਨਾ, ਬਾਜ ਫੇਰਨ ਦਾ ਤੁਹਾਨੂੰ ਤਰੀਕਾ ਆਉਣਾ ਚਾਹੀਦਾ, ਕਿਉਂਕਿ ਬਾਜ ਜੇ ਆਪਾਂ ਗਲਤ ਫੇਰਾਂਗੇ ਤਾਂ ਆਪਣੀ ਪੱਗ ਦੀ ਸ਼ੇਪ ਵੀ ਖਰਾਬ ਹੋ ਸਕਦੀ ਹੈ। ਬਾਕੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਮੈਂ ਆਪਣਾ ਜਿਹੜਾ ਵਟਸਐਪ ਦਾ ਨੰਬਰ ਹੈ ਉਹ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ ਜਿਹੜੇ ਵੀਡੀਓ ਦੇ, ਉਹ ਤੁਸੀਂ ਮੈਨੂੰ ਸਿੰਪਲੀ ਕੰਟੈਕਟ ਕਰ ਸਕਦੇ ਹੋ ਕੋਈ ਵੀ ਪ੍ਰੋਬਲਮ ਆਉਂਦੀ ਹੈ। ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਆ, ਮਿਲਾਂਗੇ ਨੈਕਸਟ ਵੀਡੀਓ ਵਿੱਚ। ਤਾਂ ਯਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਯਾਰ, ਵੀਡੀਓ ਵਧੀਆ ਲੱਗੀ ਹੋਵੇ ਤਾਂ, ਕਿਉਂਕਿ ਬਹੁਤ ਮਿਹਨਤ ਲੱਗਦੀ ਵੀਡੀਓ ਬਣਾਉਣ ਵਿੱਚ। ਮਿਲਾਂਗੇ ਨੈਕਸਟ ਵੀਡੀਓ ਵਿੱਚ, ਸਾਨੂੰ ਨਿਊ ਵੀਡੀਓ ਲਈ ਜਿਹੜਾ ਸੁਜੈਸ਼ਨ ਜ਼ਰੂਰ ਦਿਓ ਕਮੈਂਟ ਬਾਕਸ ਵਿੱਚ। ਬਾਕੀ ਮਿਲਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।